ਫਰੀਦਕੋਟ ਤੋਂ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਪਰਿਵਾਰਾਂ ਦੇ ਵਿੱਚ ਲੜਾਈ ਝਗੜਾ ਹੋਇਆ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਜਿਸ ਦੇ ਵਿੱਚ ਇੱਕ ਸ਼ਖਸ ਦੀ ਜਾਨ ਚਲੀ ਗਈ ਜਦਕਿ ਮ੍ਰਿਤਕ ਦੇ ਪਿਤਾ ਵੀ ਇਸ ਘਟਨਾ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਪੁਲਿਸ ਤੱਕ ਸਾਰਾ ਮਾਮਲਾ ਪਹੁੰਚਿਆ ਹੋਇਆ ਹੈ ਪੁਲਿਸ ਨੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਜਦਕਿ 4 ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਰੀ ਘਟਨਾ ਬੀਤੀ ਰਾਤ ਦੀ ਹੈ 8 ਵਜੇ ਦੇ ਕਰੀਬ ਸਾਰੀ ਘਟਨਾ ਵਾਪਰੀ ਹੈ ਕਿਸੇ ਗੱਲ ਨੂੰ ਲੈ ਕੇ ਦੋਨਾਂ ਪੱਖਾਂ ਦੇ ਵਿੱਚ ਲੜਾਈ ਝਗੜਾ ਹੋਇਆ ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਮ੍ਰਿਤਕ ਦੇ ਪਿਤਾ ਇਸ ਘਟਨਾ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਵੀ ਹੋ ਗਏ ਨੇ ਜਿਹੜਾ ਜੀ ਸਦਰ ਫਰੀਦਕੋਟ ਥਾਣੇ ਦੇ ਵਿੱਚ ਪੈਂਦਾ ਘੁਗਿਆਣਾ ਉੱਥੇ ਕੱਲ੍ਹ ਤਕਰੀਬਨ 8 ਵਜੇ ਦੇ ਕਰੀਬ ਦੋ ਪਰਿਵਾਰਾਂ 'ਚ ਲੜਾਈ ਹੋਈ ਕਾਰਨ ਇਹ ਬਣਿਆ ਕਿ ਜਿਹੜਾ ਮ੍ਰਿਤਕ ਹੈਗਾ ਬਲਕਰਨ ਉਹਦੀ ਘਰ ਵਾਲੀ ਹੈਗੀ ਉਹਦੇ 'ਤੇ ਉਹ ਕਹਿੰਦੇ ਨੇ ਕਿ ਇਹ ਐਵੇਂ ਉਹਨੂੰ ਦੋਸ਼ ਲਾ ਕੇ ਪਿੰਡ 'ਚ ਬਦਨਾਮ ਕਰ ਦਿਓ ਜਿਸ ਪਿੱਛੇ ਉਹਨਾਂ ਦੀ ਫਿਰ ਲੜਾਈ ਹੋ ਗਈ ਅਤੇ ਉਹਦੇ 'ਚ ਜਿਹੜਾ ਮ੍ਰਿਤਕ ਬਲਕਰਨ ਸਿੰਘ ਦੀ ਡੈਥ ਹੋ ਗਈ ਤਾਂ ਉਹਦਾ ਫਾਦਰ ਹੈ ਉਹਨੂੰ ਵੀ ਕਾਫੀ ਸੱਟਾਂ ਲੱਗੀਆਂ ਅਤੇ ਉਹ ਗੌਰਮੈਂਟ ਮੈਡੀਕਲ ਕਾਲਜ ਜਿਹੜਾ ਆਪਣਾ ਹੈਗਾ ਫਰੀਦਕੋਟ ਉੱਥੇ ਉਹਦੇ ਹਸਪਤਾਲ 'ਚ ਦਾਖਲ ਹੈਗਾ ਅਤੇ ਫਿਰ ਇਹਦੇ ਚੱਲਦੇ ਆਪਾਂ ਇੱਕ 302-506 IPC ਦਾ ਪਰਚਾ ਸਦਰ ਫਰੀਦਕੋਟ ਮ੍ਰਿਤਕ ਦੇ ਪਿਓ ਦੇ ਬਿਆਨਾਂ 'ਤੇ ਦਰਜ ਕਰ ਲਿਆ ਅਤੇ 6 ਜਣਿਆਂ ਦੇ ਅਗੇਂਸਟ ਕੀਤਾ ਉਹਨਾਂ 'ਚੋਂ ਇੱਕ ਲੇਡੀ ਹੈਗੀ ਆ ਅਤੇ ਉਹਨਾਂ 'ਚੋਂ 2 ਅਰੈਸਟ ਪਾ ਲਏ ਆ 2 ਅਸੀਂ ਡਿਟੇਨ ਕਰਕੇ ਮੈਡੀਕਲ ਕਾਲਜ ਦਾਖਲ ਕਰਾਏ ਕਿਉਂਕਿ ਉਹਨਾਂ ਦੇ ਵੀ ਥੋੜ੍ਹੀ ਸੱਟ ਲੱਗੀ ਸੀ ਉਹ ਜੇਰੇ ਇਲਾਜ ਨੇ ਬਾਕੀ 2 ਅਜੇ ਫੜਨੇ ਬਾਕੀ